ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਇੱਕ ਅਜਿਹੇ ਨਰਸਿੰਗ ਹੋਮ ਦੀ ਹੈ ਜਿੱਥੇ ਇੱਕ ਬੱਚੇ ਦੇ ਨਾਲ ਇਲਾਜ ਦੇ ਨਾਮ ਤੇ ਖਿਲਵਾੜ ਕੀਤਾ ਗਿਆ। ਜੀ ਹਾਂ, ਇਹ ਤਸਵੀਰ ਸਿਧਾਂਤ ਨਰਸਿੰਗ ਹੋਮ ਦੀ ਹੈ। ਇੱਥੇ ਇੱਕ ਇਲਾਜ ਦੇ ਲਈ ਆਏ ਬੱਚੇ ਨੂੰ ਬਿਨਾਂ ਸੁਣ ਕੀਤੇ ਹੀ ਟਾਂਕੇ ਲਗਾ ਦਿੱਤੇ ਗਏ, ਜਿਸ ਨਾਲ ਬੱਚੇ ਦੀ ਹਾਲਤ ਹੋਰ ਖਰਾਬ ਹੋ ਗਈ। ਇਸ ਨੂੰ ਦੇਖ ਉੱਥੇ ਮੌਜੂਦ ਇੱਕ ਵਿਅਕਤੀ ਵੱਲੋਂ ਦਲੇਰੀ ਦਿਖਾਉਂਦੇ ਹੋਏ ਨਰਸਾਂ ਦੀ ਇਸ ਲਾਪਰਵਾਹੀ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ ਤੇ ਉਹਨਾਂ ਤੋਂ ਇਸ ਦੀ ਜਵਾਬਦੇਹੀ ਮੰਗੀ। ਬਿਨਾਂ ਸੁਣ ਕੇ ਇੰਜੈਕਸ਼ਨ ਕੈਸੇ ਲੱਗਿਆ, ਇਸਕੇ ਕੈਸੇ ਡਿਸਟ੍ਰੀਜ਼ ਕੀ ਆਪਨੇ? ਆ ਫਿਰ ਇਧਰੋਂ ਤੋਂ ਕੀ ਕਰ ਜਵਾਬ ਦੋ ਮੇਰੇ ਕੋ। ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਇਸ ਵੀਡੀਓ 'ਚ ਜੋ ਤੁਸੀਂ ਹਸਪਤਾਲ ਦੇਖ ਰਹੇ ਹੋ ਉਹ ਕਿੱਥੋਂ ਦਾ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿੱਥੇ ਲੋਕ ਬਿਮਾਰ ਹੋਣ ਉਪਰੰਤ ਠੀਕ ਹੋਣ ਲਈ ਜਾਂਦੇ ਨੇ, ਪਰ ਉੱਥੇ ਇਸ ਤਰ੍ਹਾਂ ਦੀਆਂ ਗੈਰ ਜ਼ਿੰਮੇਵਾਰ ਘਟਨਾਵਾਂ ਲਈ ਕੌਣ ਜਵਾਬਦੇਹ ਹੈ? ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।